अकाली दल की तरफों की जा रही है, जिस विच कल प्रकाश सिंह बादल कहिंदा कि मैं गोली नहीं चलाई, जे तू गोली नहीं चलाई जा आर्डर नहीं दिते तो किन्ने आर्डर दिते आ, तो जिन्हें आर्डर दिते आ उन्हूं फड़ के अंदर करन दी जिम्मेवारी कीदी है, वो सुखबीर ने दिते आ, हरसिमरत ने दिते आ, जा किहड़ा बंदा तुहाडे परिवार तो बाहरों आके आर्डर चला गया, ਕਿ ISI ਨੇ ਆ ਕੇ ਆਰਡਰ ਕੀਤੇ ਆ, ਕਿਉਂਕਿ ਇਹਨਾਂ ਨਾਲ ਰਿਲੇਟਡ ਹੈ ਬਾਦਲ ਪਰਿਵਾਰ ਨਾਲ। ਇਹ ਜਿਹੜੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੌਮ ਨੂੰ ਦੇਣੀ ਪਵੇਗੀ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਹ ਦੋਸ਼ੀ ਸਾਬਤ ਹੋ ਚੁੱਕੇ ਆ ਸਮਾਜ ਵਿੱਚ ਵੀ, ਸਰਕਾਰ ਦੇ ਜਿਹੜੇ ਸਿਸਟਮ ਨੇ ਜਿਵੇਂ ਜਸਟਿਸ ਕਾਟਜੂ ਨੇ ਜਿਹੜਾ ਲੋਕਾਂ ਦਾ ਬਣਾਇਆ ਸੀ ਸੁਪਰੀਮ ਕੋਰਟ ਦੇ ਜੱਜ ਦਾ, ਉਹਨੇ ਵੀ ਸਾਬਤ ਕੀਤਾ। ਜੋਰਾਵਰ ਸਿੰਘ ਹਾਈਕੋਰਟ ਦੇ ਸਾਬਕਾ ਜੱਜ ਸੀ, ਉਹਨਾਂ ਨੇ ਵੀ ਇਹਨਾਂ ਨੂੰ ਦੋਸ਼ੀ ਸਾਬਤ ਕੀਤਾ। ਰਣਜੀਤ ਸਿੰਘ ਜਿਹੜਾ ਬਾਅਦ 'ਚ ਬਣਿਆ ਉਹਨੇ ਵੀ ਇਹਨਾਂ ਨੂੰ ਦੋਸ਼ੀ ਸਾਬਤ ਕੀਤਾ। ਔਰ ਜਿਹੜੀ ਸਿੱਟ ਬਣਾਈ ਸੀ ਸਰਕਾਰ ਪਹਿਲੀ ਨੇ ਅਤੇ ਬਾਅਦ 'ਚ ਵੀ ਚੱਲ ਰਹੀ ਅੱਜ, ਉਹਨੇ ਵੀ ਉਹ ਬੰਦੇ ਫੜ ਕੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਸੀ ਉਹਨਾਂ ਨੂੰ ਦੋਸ਼ੀ ਸਾਬਤ ਕਰ ਦਿੱਤਾ। ਪੰਜਾਬ ਦੀ ਅਸੈਂਬਲੀ ਜਿਹੜੀ ਹੈ ਉਹਦੇ ਵਿੱਚ ਵੀ ਇਹ ਦੋਸ਼ੀ ਸਾਬਤ ਹੋਏ ਆ। ਔਰ ਅੱਜ ਇਹਨਾਂ ਕੋਲ ਬਚਣ ਲਈ ਕੋਈ ਰਾਹ ਨਹੀਂ, ਕੋਈ ਕੁਛ ਨਹੀਂ। ਜਿਹੜੇ ਅਕਾਲੀ ਦਲ ਦੇ ਵਿੱਚ ਕੋਈ ਚੰਗੇ ਵਰਕਰ ਬੈਠੇ ਆ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਹੁਣ ਖਹਿੜਾ ਛੱਡੋ, ਬਾਹਰ ਆਓ। ਮੱਕੜਵ ਜੀ ਕਹਿ ਗਏ ਆ, ਹੋਰ ਵੀ ਜਿਹੜੇ ਆ ਜ਼ਮੀਰ ਨੂੰ ਜਗਾਓ। ਔਰ ਇਹ ਅਕਾਲੀ ਦਲ ਹੁਣ ਚਲੇ ਗਿਆ, ਇਹਨੂੰ ਹੁਣ ਅਕਾਲੀ ਦਲ ਕਹਿਣ ਦੀ ਬਜਾਏ ਬਾਦਲ ਦਲ ਕਹੋ ਜਾਂ ਸੌਦਾ ਦਲ ਕਹੋ, ਇਹ ਅਕਾਲੀ ਦਲ ਕਹਾਉਣ ਦਾ ਹੱਕਦਾਰ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹਨਾਂ ਨੇ ਸੌਦਾ ਕੀਤਾ। ਬਾਬਾ ਜੀ, ਅੱਜ ਥੋੜ੍ਹੀ ਦੇਰ ਪਹਿਲਾਂ ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਸਪਸ਼ਟ ਕਰਨਾ ਚਾਹੀਦਾ ਵੀ ਉਹ ਕਿਹੜੀਆਂ ਬੇਦੀਆਂ ਨੇ ਤੇ ਕੌਣ ਬੰਦੇ ਨੇ, ਇਹਦੇ ਬਾਰੇ ਉਹ ਸਾਬਤ ਕਰੇ ਤੇ ਸਮਾਜ ਨੂੰ ਜਾਣਕਾਰੀ ਦੇਵੇ। ਦੇਖੋ, ਬਾਦਲ ਸੌਦਾ ਅਕਾਲੀ ਦਲ ਨੂੰ ਇੱਕ ਧਰਮ ਮੰਨਦਾ ਸੀ, ਜਦਕਿ ਅਸੀਂ ਇਹ ਗੱਲ ਮੰਨਦੇ ਹਾਂ ਕਿ ਜਿਹੜੇ ਸੰਵਿਧਾਨ ਵਿੱਚ ਜਿਨ੍ਹਾਂ ਦਾ ਜ਼ਿਕਰ ਆਇਆ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ ਵਗੈਰਾ, ਇਹ ਧਰਮ ਨੇ, ਇਹਨਾਂ ਵਿਰੁੱਧ ਕੋਈ ਗੱਲ ਕਰੇ ਤਾਂ 295 ਲੱਗਣੀ ਚਾਹੀਦੀ ਹੈ। ਪਰ ਇੱਥੇ ਪੰਜਾਬ ਵਿੱਚ ਜੇ ਕੋਈ ਸੌਦੇ ਸਾਹਿਬ ਦੀ ਫਿਲਮ ਦੀ ਕਿਸੇ ਨੇ ਪੋਸਟਰ ਪਾਤਾ, 295 ਲਾਤੀ, ਕਿਸੇ ਨੇ ਬਿਆਨ ਉਹਦੇ ਵਿਰੁੱਧ ਦੇਤਾ, 295 ਲਾਤੀ, ਇਹਨਾਂ ਲੋਕਾਂ ਨੇ ਉਸ ਨੂੰ ਇੱਕ ਧਰਮ ਸਥਾਪਿਤ ਕਰਨ ਲਈ ਬਾਦਲ ਪਰਿਵਾਰ ਨੇ ਬਹੁਤ ਜ਼ੋਰ ਲਾਇਆ ਔਰ ਉਹਨੂੰ ਇੱਕ ਧਰਮ ਪ੍ਰਚਾਰ ਵਜੋਂ ਬਣਾ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਛਡਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਬੰਦੇ ਨੇ ਅਕਾਲੀ ਦਲ ਖਤਮ ਕਰ ਦਿੱਤਾ ਸਿਧਾਂਤਾਂ ਤੋਂ, ਸ਼੍ਰੋਮਣੀ ਕਮੇਟੀ ਦਾ ਬੁਰਾ ਹਾਲ ਕਰਕੇ ਮਧੋਲ ਸਿੱਟੀ ਇਸਨੇ, ਤਖ਼ਤਾਂ ਦੇ ਜਥੇਦਾਰ ਜਿਹੜੇ ਸੀ ਉਹ ਥੋਕ ਵਿੱਚ ਅਤੇ ਸੌਦੇ ਨਾਲ ਸੌਦੇ ਹੁੰਦੇ ਰਹੇ ਉਹਨਾਂ ਹੁਕਮਨਾਮਿਆਂ ਦੇ, ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਵੱਜਦਾ ਸੀ, ਉਸਦੀ ਵੀ ਬੇਅਦਬੀ ਵਿੱਚ ਇਹ ਲੋਕ ਦੋਸ਼ੀ ਸਾਬਤ ਹੋਏ ਆ। ਇਹਨਾਂ ਲੋਕਾਂ ਨੂੰ ਜਿੰਨਾ ਜਲਦੀ ਫੜ ਕੇ ਜੇਲ੍ਹ 'ਚ ਡੱਕਿਆ ਜਾ ਸਕਦਾ, ਕੈਪਟਨ ਸਰਕਾਰ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਦੇਵੇ, ਚਾਹੇ ਉਹ ਆਪਣੇ ਪਿਤਾ ਜੀ ਕੋਲ ਸੁਨਾਰੀਆ ਜੇਲ੍ਹ 'ਚ ਜਾਣ, ਚਾਹੇ ਆਪਣੇ ਦਾਦੇ ਕੋਲ ਜਾਣ ਉਹ ਆਸਾਰਾਮ ਕੋਲ ਜੋਧਪੁਰ, ਅਤੇ ਚਾਹੇ ਆਪਣੇ ਚਾਚੇ ਕੋਲ ਜਾਣ ਉੱਥੇ ਚਟਾਲੇ ਕੋਲ, ਇਹ ਫੈਸਲਾ ਇਹਨਾਂ ਨੂੰ ਪੁੱਛ ਲਓ। ਜਿੱਥੇ ਵੀ ਇਹਨਾਂ ਨੂੰ ਚੰਗਾ ਦਿਲ ਲੱਗਦਾ ਉੱਥੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਭੇਜਿਆ ਜਾਵੇ।